ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈ ਮੇਰੇ 75 ਹਾਰ ਦਾ 23ਵਾਂ ਦਿਨ ਪਾਣੀ ਪੀ ਕੇ ਫਰੈਸ਼ ਹੋ ਕੇ ਗਈ ਮੈਂ ਸੈਰ ਕਰਨ ਦੇਖੋ ਕਿੰਨਾ ਵਧੀਆ ਮਾਹੌਲ ਹੈ ਬਾਹਰ ਦਾ ਸ਼ਾਂਤ ਤੇ ਰਸਤੇ 'ਚ ਹੀ ਮੈਨੂੰ ਨਿੱਕੇ ਦੋਸਤ ਮਿਲੇ ਅੱਜ ਉਸ ਤੋਂ ਬਾਅਦ ਘਰ ਆ ਕੇ ਮੈਂ ਰੱਸੀ ਕੁੱਦੀ ਇਹ ਵਾਲੀਆਂ ਐਕਸਰਸਾਈਜ਼ ਕੀਤੀਆਂ ਬੈਲੀ ਫੈਟ ਘਟ ਹੁੰਦਾ ਇਹਨਾਂ ਨਾਲ ਨਹਾ ਧੋ ਕੇ ਫਰੈਸ਼ ਹੋ ਕੇ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਵਿੱਚ ਵਿੱਚ ਘਰ ਦੇ ਨਿੱਕੇ ਮੋਟੇ ਕੰਮ ਉਸ ਤੋਂ ਬਾਅਦ ਆਪਣੀ ਡਾਈਟ ਲਈ ਮੈਂ ਅੱਜ ਬ੍ਰੇਕਫਾਸਟ ਦੇ ਵਿੱਚ ਮੇਥੇ ਵਾਲੀ ਰੋਟੀ ਸੀ ਤੇ ਨਾਲ ਮੈਂ ਮੱਖਣ ਲਿਆ। ਇਹ ਸੈਲਟ ਖਾਇਆ ਅੱਜ ਮੈਂ ਕੈਰਟ ਸੀ ਤੇ ਅਨਾਰ। ਦੋ ਚੀਜ਼ਾਂ ਲੈ ਗਈ ਸੀ ਮੈਂ ਸਕੂਲ। ਲੰਚ ਦੇ ਵਿੱਚ ਸਾਗ, ਮੂਲੀ ਤੇ ਦੋ ਫੁਲਕੇ। ਘਰ ਆ ਕੇ ਦੇਖੋ ਮੇਰਾ ਬੇਟਾ ਇਹ ਖੜਾ ਟੀਵੀ ਦੇਖ ਰਿਹਾ ਸੀ ਹੁਣ ਮੇਰੇ ਵੱਲ ਭੱਜ ਆਏਗਾ। ਫਿਰ ਮੈਂ ਆਪਣੇ ਲਈ ਦੁੱਧ ਬਣਾਇਆ, ਮੰਮਾ ਉਹਨਾਂ ਲਈ ਚਾਹ ਬਣਾਈ ਜਾਂ ਬੇਟੇ ਲਈ ਫਰਾਈਜ਼ ਬਣਾਏ ਸੀ। ਸ਼ਾਮੀ ਈਵਨਿੰਗ ਵਾਕ ਤੇ ਗਈ ਮੈਂ। ਡਿਨਰ ਦੇ ਵਿੱਚ ਅੱਜ ਮਟਰ ਮਸ਼ਰੂਮ ਸੀ ਤੇ ਦੋ ਫੁਲਕੇ ਸੀ ਉਸ ਤੋਂ ਬਾਅਦ ਮੈਂ ਬਾਬਾ ਜੀ ਨੂੰ ਸ਼ੁਕਰਾਨਾ ਕੀਤਾ ਅਰਦਾਸ ਕੀਤੀ ਅੱਜ ਦਾ ਦਿਨ ਮੇਰਾ ਬਹੁਤ ਵਧੀਆ ਗਿਆ ਤੇ ਇਹ ਹੈ ਮੇਰੀ ਅੱਜ ਦੀ ਸੈਲਫੀ ਇਹਦੇ ਨਾਲ ਬਲੌਗ ਦਾ ਐਂਡ ਹੁੰਦਾ ਹੈ